ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਸਰਕਾਰ ਤੇਜ਼ ਦੇ ਕਿਸੇ ਵੀ ਸੂਬੇ ਦੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦੇਵੇਗੀ ਵਿਹਾਰ ਦੇ ਖੇਤੀ ਦੀ ਮੰਤਰੀ ਮੰਗਲ ਪਾਂਡੇ ਦੀ ਅਗਵਾਈ ਚੋਂ ਨਾਲ ਮਿਲਨ ਆਏ ਇੱਕ ਵਫਦ ਨਾਲ ਮੁਲਾਕਾਤ ਦੌਰਾਨ ਉਹਨਾਂ ਨੇ ਇਹ ਗੱਲ ਕਹੀ ਉਹਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੇਂਦਰ ਤੇ ਸੂਬਿਆਂ ਦੋਹਾਂ ਨੂੰ ਤੇਜ਼ ਵਿੱਚ ਖੇਤੀ ਸੈਕਟਰ ਵਿੱਚ ਸੁਧਾਰ ਲਿਆਉਣ ਲਈ ਟੀਮ ਦੇ ਰੂਪ ਚ ਕੰਮ ਕਰਨਾ ਚਾਹੀਦਾ ਹੈ ਉਹਨਾਂ ਵਫਦ ਨੂੰ ਇਹ ਭਰੋਸਾ ਦਿੱਤੇ ਕਿ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਤੇ ਰਾਸ਼ਟਰੀ ਖੁਰਾਕ ਸੁਰੱਖਿਆ ਕਮਿਸ਼ਨ ਤਹਿਤ ਬਿਹਾਰ ਨੂੰ ਦਿੱਤੇ ਜਾਣ ਵਾਲੇ ਪੈਸੇ ਦੀ ਸਮੀਖਿਆ ਕਰਨਗੇ ਉਹਨਾਂ ਕਰੀਬ ਸੀਜ਼ਨ ਲਈ ਬੀਜਾਂ ਦੀ ਸੂਚਾਰੂ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਮੀਖਿਆ ਕਰਨ ਤੇ ਰਬੀ ਬੀਜਾਂ ਦੀ ਸਪਲਾਈ ਲਈ ਖੇਤੀ ਹੀ ਯੋਜਨਾ ਬਣਾਉਣ ਦਾ ਵੀ ਭਰੋਸਾ ਦਿੱਤਾ